ਪੰਜਾਬ ਭਰ 'ਚ ਜਿੱਥੇ ਕਿ ਇਸ ਸਮੇਂ ਖੇਤੀ ਕਾਨੂੰਨ ਬਿੱਲ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ, ਦੂਸਰੇ ਪਾਸੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਅਤੇ ਦੀਵਾਰਾਂ 'ਤੇ ਖਾਲਿਸਤਾਨ ਜ਼ਿੰਦਾਬਾਦ ਲਿਖਣ ਦੀਆਂ ਖਬਰਾਂ ਵੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਸੰਗਰੂਰ ਦੇ ਦਿੜਵਾ ਵਿਖੇ, ਜਿੱਥੇ ਕਿ 3 ਸਰਕਾਰੀ ਅਦਾਰਿਆਂ ਜਿਨ੍ਹਾਂ ਵਿੱਚ ਸਰਕਾਰੀ ਹਸਪਤਾਲ, ਸਰਕਾਰੀ ਸਕੂਲ ਅਤੇ ਨਗਰ ਪੰਚਾਇਤ ਦੇ ਦਫ਼ਤਰ ਸ਼ਾਮਲ ਹਨ, ਦੀਆਂ ਕੰਧਾਂ 'ਤੇ ਖਾਲਿਸਤਾਨ ਜ਼ਿੰਦਾਬਾਦ 2020 ਦੇ ਨਾਅਰੇ ਲਿਖੇ ਹੋਏ ਮਿਲੇ ਹਨ। ਇਸ ਮੌਕੇ ਨਗਰ ਪੰਚਾਇਤ ਦੇ ਪ੍ਰਧਾਨ ਬਿੱਟੂ ਖਾਨ ਦਾ ਕਹਿਣਾ ਹੈ ਕਿ ਉਹਨਾਂ ਦੇ ਸ਼ਹਿਰ ਵਿੱਚ ਇਹ ਪਹਿਲੀ ਘਟਨਾ ਹੈ ਜੋ ਕਿ ਕਿਸੇ ਇੱਕ ਆਦਮੀ ਦਾ ਕੰਮ ਨਹੀਂ ਬਲਕਿ 2 ਤੋਂ 3 ਲੋਕਾਂ ਦਾ ਕੰਮ ਹੈ। ਉਹਨਾਂ ਕਿਹਾ ਕਿ ਇਸ ਬਾਬਤ ਉਹਨਾਂ ਪੁਲਿਸ ਨੂੰ ਇਤਲਾਹ ਦੇ ਦਿੱਤੀ ਹੈ। 6 ਵਜੇ ਸਾਡੇ MSC ਜਸਵੀਰ ਸਿੰਘ ਨੇ ਮੈਨੂੰ ਫੋਨ ਕੀਤਾ, ਕਹਿੰਦਾ ਪ੍ਰਧਾਨ ਜੀ ਇੱਥੇ ਇਸ ਤਰ੍ਹਾਂ ਕਰਕੇ ਜਿਹੜੀ ਘਟਨਾ ਹੈ ਸਰਕਾਰੀ ਦਫ਼ਤਰਾਂ 'ਚ, ਇਹ ਘਟਨਾ ਉਹਨਾਂ ਦੇ ਬਾਹਰ ਹੋ ਗਈ। ਮੈਂ ਉਹਦੇ ਟਾਈਮ ਜਲਦੀ ਉਰੇ ਦਫ਼ਤਰ ਪਹੁੰਚ ਗਿਆ ਸੀ, ਜਿਹਦੇ 'ਚ ਪੁਲਿਸ ਖੜ੍ਹੀ ਸੀ, ਬਹੁਤ ਹੋਰ ਪਬਲਿਕ ਜਿਹੜੀ ਹੈਗੀ ਪਿੰਡ ਦੀ ਪਬਲਿਕ ਹੈ ਉਹ ਵੀ ਖੜ੍ਹੀ ਸੀ। ਲੋਕ ਕਿੰਨੇ ਅਦਾਰਿਆਂ ਦੇ ਵਿੱਚ ਵਾਪਰੀ ਲੱਗੇ? ਇੱਕ ਨਗਰ ਪੰਚਾਇਤ ਦੇ ਸਾਹਮਣੇ ਹੀ ਲਿਖਿਆ ਗਿਆ, ਇੱਕ ਸਰਕਾਰੀ ਸਕੂਲ ਹੈ, ਇੱਕ ਆਪਣਾ ਸਰਕਾਰੀ ਹਸਪਤਾਲ ਹੈ ਡੰਗਰਾਂ ਵਾਲਾ, ਉਹਦੇ ਮੂਹਰੇ ਦੋਵਾਂ ਦੇ ਤਿੰਨਾਂ ਦੇ ਮੂਹਰੇ ਲਿਖਿਆ ਗਿਆ। ਕੀ ਲਿਖਿਆ ਗਿਆ? ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ 20, ਖਾਲਿਸਤਾਨ ਜ਼ਿੰਦਾਬਾਦ 20। ਜਾਣ ਬੁੱਝ ਕੇ ਕਹਿ ਸਕਦੇ ਆਪਾਂ, ਇਹ ਇਕੱਲੇ ਬੰਦੇ ਦੀ ਹਰਕਤ ਹੈਗੀ ਨਹੀਂ, ਇਹਦੇ ਵਿੱਚ 2-3 ਬੰਦਿਆਂ ਦਾ ਹੱਥ ਹੈ, ਜਿਹੜਾ ਕਿ ਲਿਖਾਈ ਤੋਂ ਪਤਾ ਲੱਗਦਾ ਵੀ ਕਿਹ ਬੰਦਿਆਂ ਦਾ ਹੱਥ ਹੈ। ਪੁਲਿਸ ਦੀ ਮਿਹਨਤ ਅਸੀਂ ਨਾ ਮਿਟਾਏ ਵੀ ਨਹੀਂ ਆ ਕੇ ਤੜਕੀ, ਔਰ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਵੀ ਅਜੇ ਸ਼ਰਾਰਤੀ ਜਿਹੜੇ ਅਕਸਰ ਹੈ ਉਹਨਾਂ ਨੂੰ ਫੜ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਅੱਗੇ ਵਾਸਤੇ ਨੱਥ ਪਾਈ ਜਾਵੇ, ਅੱਗੇ ਵਾਸਤੇ ਇਹੋ ਜਿਹੀ ਸ਼ਰਾਰਤ ਨਾ ਕਰਨ। ਉਧਰ ਇਸ ਮਾਮਲੇ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਇਸ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ।